ਦੋਸਤੋ ਬਲਦੇਵ ਸਿੰਘ ਜਿਸ ਨੂੰ ਕਿ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਫੈਲਾਉਣ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ। ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕਿ ਜੇਕਰ ਬਲਦੇਵ ਸਿੰਘ ਇਟਲੀ ਤੋਂ ਪੰਜਾਬ ਦੇ ਵਿੱਚ ਨਾ ਆਉਂਦਾ ਤਾਂ ਸ਼ਾਇਦ ਪੰਜਾਬ ਦੇ ਬਹੁਤ ਸਾਰੇ ਲੋਕ ਕਰੋਨਾ ਦੇ ਕਹਿਰ ਤੋਂ ਬਚ ਸਕਦੇ ਸੀ। ਸੋ ਪੰਜਾਬ ਦੇ ਬਹੁਤ ਸਾਰੇ ਲੋਕ ਕਰੋਨਾ ਦੇ ਲਈ ਪੂਰੀ ਤਰ੍ਹਾਂ ਬਲਦੇਵ ਸਿੰਘ ਨੂੰ ਜ਼ਿੰਮੇਵਾਰ ਮੰਨਦੇ ਆ, ਜੋ ਕਿ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਦੇ ਪਿੰਡ ਮੋਰਾਂ ਵਾਲੀ ਦੇ ਵਿੱਚ ਆਇਆ ਸੀ। ਅਤੇ ਦੋਸਤੋ ਤਾਜ਼ਾ ਖਬਰ ਇਹ ਆ ਕਿ ਪੰਜਾਬ ਦੇ ਆਮ ਲੋਕਾਂ ਦੇ ਨਾਲ ਪੰਜਾਬ ਦੇ ਦੋ ਵੱਡੇ ਨਾਮੀ ਸਿੰਗਰ ਆਹਮੋ ਸਾਹਮਣੇ ਨਜ਼ਰ ਆਉਂਦੇ ਆ, ਜਿੱਥੇ ਮਾਨਾਂ ਦਾ ਮਾਣ ਬੱਬੂ ਮਾਨ ਇਹ ਕਹਿ ਰਿਹਾ ਆਪਣੇ ਗੀਤ ਰਾਹੀਂ ਕਿ ਬਲਦੇਵ ਸਿੰਘ ਕਰੋਨਾ ਵਾਇਰਸ ਫੈਲਾਉਣ ਦੇ ਲਈ ਜ਼ਿੰਮੇਵਾਰ ਨਹੀਂ। ਉੱਥੇ ਹੀ ਸਿੱਧੂ ਮੂਸੇਵਾਲਾ ਆਪਣੇ ਗੀਤ ਰਾਹੀਂ ਇਹ ਕਹਿ ਰਿਹਾ ਕਿ ਜੇਕਰ ਗੁਰਬਖਸ਼ ਸਿੰਘ ਇਟਲੀ ਤੋਂ ਨਾ ਆਉਂਦਾ ਜਾਂ ਇਟਲੀ ਤੋਂ ਆ ਕੇ ਆਪਣੇ ਘਰ ਟਿਕ ਕੇ ਬੈਠ ਜਾਂਦਾ ਤਾਂ ਸ਼ਾਇਦ ਪੰਜਾਬ ਦੇ ਬਹੁਤ ਸਾਰੇ ਲੋਕ ਕਰੋਨਾ ਵਾਇਰਸ ਤੋਂ ਬਚ ਸਕਦੇ ਸੀ। ਸੋ ਆਪਾਂ ਇਹਨਾਂ ਦੋਵਾਂ ਸਿੰਗਰਾਂ ਦੇ ਗੀਤਾਂ ਬਾਰੇ ਗੱਲ ਕਰਾਂਗੇ ਅਤੇ ਇਹ ਗੱਲ ਕਰਾਂਗੇ ਕਿ ਬੱਬੂ ਮਾਨ ਸਾਹਿਬ ਠੀਕ ਕਹਿ ਰਹੇ ਆ ਜਾਂ ਸਿੱਧੂ ਮੂਸੇਵਾਲਾ ਆਪਣੇ ਗੀਤ ਰਾਹੀਂ ਠੀਕ ਕਹਿ ਰਹੇ ਆ। ਸੋ ਆ ਜਾਓ ਦੋਸਤੋ ਗੱਲ ਕਰ ਲੈਂਦੇ ਹਾਂ ਕਿ ਬੱਬੂ ਮਾਨ ਸਾਹਿਬ ਕੀ ਕਹਿ ਰਹੇ ਆ ਬਲਦੇਵ ਸਿੰਘ ਬਾਰੇ ਅਤੇ ਸਿੱਧੂ ਮੂਸੇਵਾਲਾ ਕੀ ਕਹਿ ਰਹੇ ਆ। ਪਹਿਲਾਂ ਆਪਾਂ ਸਿੱਧੂ ਮੂਸੇਵਾਲੇ ਬਾਰੇ ਗੱਲ ਕਰਦੇ ਹਾਂ। ਉਹ ਆਪਣੇ ਗੀਤ ਰਾਹੀਂ ਕਹਿੰਦੇ ਆ ਕਿ ਮੈਂ ਗੁਰਬਖਸ਼ ਗਵਾਚਿਆ ਇਟਲੀ ਤੋਂ ਆਇਆ ਹਾਂ। ਗੁਰਬਖਸ਼ ਉਹ ਬਲਦੇਵ ਸਿੰਘ ਨੂੰ ਕਹਿ ਰਹੇ ਆ ਜੋ ਕਿ 7 ਜਨਵਰੀ ਨੂੰ ਪਿੰਡ ਮੋਰਾਂ ਵਾਲੀ ਵਿੱਚ ਆਇਆ ਸੀ। ਮੈਂ ਪਾਪੀ ਹਾਂ, ਮੁਲਖ ਮੇਰੇ ਲਈ ਮੇਰੇ ਵਾਂਗਣਾ ਕਰਿਓ। ਦੋਸਤੋ ਇਸ ਦੇ ਵਿੱਚ ਸਿੱਧੂ ਮੂਸੇਵਾਲਾ ਗੁਰਬਖਸ਼ ਸਿੰਘ ਜਾਣੀ ਬਲਦੇਵ ਸਿੰਘ ਨੂੰ ਕਰੋਨਾ ਵਾਇਰਸ ਦੇ ਲਈ ਜ਼ਿੰਮੇਵਾਰ ਠਹਿਰਾਉਂਦੇ ਆ, ਕਿਉਂਕਿ ਨਵਾਂ ਸ਼ਹਿਰ ਦੇ 3 ਜਾਂ 4 ਪਿੰਡ ਪੂਰੀ ਤਰ੍ਹਾਂ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆ ਚੁੱਕੇ ਆ। ਜੇਕਰ ਆਪਾਂ ਇਹ ਗੱਲ ਕਰੀਏ ਕਿ ਸਿੱਧੂ ਮੂਸੇਵਾਲਾ ਆਪਣੇ ਗੀਤ ਦੇ ਵਿੱਚ ਬਲਦੇਵ ਸਿੰਘ ਬਾਰੇ ਸਹੀ ਕਹਿ ਰਹੇ ਆ ਜਾਂ ਨਹੀਂ, ਇਸ ਦੇ ਆਪਾਂ ਦੋ ਪੱਖ ਲੈ ਸਕਦੇ ਹਾਂ। ਜੇਕਰ ਬਲਦੇਵ ਸਿੰਘ ਨੂੰ ਇਹ ਗੱਲ ਦਾ ਪਤਾ ਸੀ ਕਿ ਉਹ ਕਰੋਨਾ ਵਾਇਰਸ ਪੋਜ਼ਿਟਿਵ ਆ ਤਾਂ ਉਹਨਾਂ ਨੂੰ ਬਾਹਰ ਘੁੰਮਣਾ ਨਹੀਂ ਚਾਹੀਦਾ ਸੀ। ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਬਿਲਕੁਲ ਸਹੀ ਆ। ਜਿਵੇਂ ਆਪਾਂ ਜਾਣਦੇ ਹਾਂ ਕਿ ਬਲਦੇਵ ਸਿੰਘ ਉਸੇ ਤਰ੍ਹਾਂ ਬਾਹਰ ਘੁੰਮਦੇ ਰਹੇ, ਹੋਲਾ ਮਹੱਲਾ 'ਤੇ ਗਏ ਅਨੰਦਪੁਰ ਸਾਹਿਬ, ਕਿਉਂਕਿ ਇਟਲੀ ਦੇ ਵਿੱਚ ਇਹ ਵਾਇਰਸ ਕਾਫੀ ਟਾਈਮ ਇੰਡੀਆ ਦੇ ਨਾਲੋਂ ਪਹਿਲਾਂ ਆਇਆ। ਹਾਲਾਂਕਿ ਉਸ ਟਾਈਮ ਜਦੋਂ ਬਲਦੇਵ ਸਿੰਘ ਆਇਆ ਉਸ ਟਾਈਮ ਇੰਡੀਆ ਸਰਕਾਰ ਨੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਸੀ, ਲੋਕ ਉਸੇ ਤਰ੍ਹਾਂ ਘੁੰਮ ਰਹੇ ਸੀ, ਬਾਹਰੋਂ ਆਉਣ 'ਤੇ ਵੀ ਕੋਈ ਬਹੁਤੀ ਚੈਕਿੰਗ ਨਹੀਂ ਕੀਤੀ ਜਾ ਰਹੀ ਸੀ। ਪਰ ਫਿਰ ਵੀ ਜੇਕਰ ਬਲਦੇਵ ਸਿੰਘ ਨੂੰ ਪਤਾ ਸੀ ਕਿ ਇਟਲੀ ਦੇ ਵਿੱਚ ਇਸ ਵਾਇਰਸ ਕਾਰਨ ਇੰਨੀ ਤਬਾਹੀ ਮੱਚੀ ਹੋਈ ਆ ਤਾਂ ਉਸਨੂੰ ਸ਼ਰੇਆਮ ਨਹੀਂ ਘੁੰਮਣਾ ਚਾਹੀਦਾ ਸੀ, ਕਿਉਂਕਿ ਉਸਦੇ ਪਰਿਵਾਰ ਦੇ ਮੈਂਬਰ ਵੀ ਇਸ ਵਾਇਰਸ ਦੀ ਲਪੇਟ ਦੇ ਵਿੱਚ ਆ ਗਏ। ਉਸਦਾ ਇੱਕ ਛੋਟਾ ਜਿਹਾ ਪੋਤਾ ਉਹ ਵੀ ਇਸ ਬਿਮਾਰੀ ਤੋਂ ਨਹੀਂ ਬਚ ਸਕਿਆ। ਦੂਜੇ ਪਾਸੇ ਆਪਾਂ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਮਾਨ ਸਾਹਿਬ ਬਲਦੇਵ ਸਿੰਘ ਦੇ ਹੱਕ ਦੇ ਵਿੱਚ ਨਜ਼ਰ ਆਉਂਦੇ ਆ। ਉਹ ਆਪਣੇ ਗੀਤ ਰਾਹੀਂ ਕਹਿੰਦੇ ਆ, ਛਿੱਕਾਂ ਲੱਗ ਗਈਆਂ ਮਰਗਾਬੀਆਂ ਨੂੰ, ਕਰੋਨਾ ਖੋਜ ਹੈ ਚੀਨ ਦੀ, ਬਦਨਾਮ ਨਾ ਕਰੋ ਪੰਜਾਬੀਆਂ ਨੂੰ। ਮਾਨ ਸਾਹਿਬ ਸਾਫ਼ ਤੌਰ 'ਤੇ ਕਹਿੰਦੇ ਆ ਕਿ ਆਪਣੇ ਪੰਜਾਬੀ ਭਰਾਵਾਂ ਨੂੰ ਦੋਸ਼ੀ ਨਾ ਠਹਿਰਾਓ, ਇਹ ਜਿਹੜੀ ਜਾੜ ਆ ਕਰੋਨਾ ਵਾਇਰਸ ਦੀ ਉਹ ਚਾਈਨਾ ਦੇ ਵਿੱਚ ਆ, ਜੇਕਰ ਕਿਸੇ ਨੂੰ ਦੋਸ਼ ਦੇਣਾ ਤਾਂ ਉਹ ਚਾਈਨਾ ਨੂੰ ਦਿਓ, ਆਖਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀ ਵੀ ਤਾਂ ਸਾਡੇ ਹੀ ਭਰਾ, ਇਹ ਕਹਿਣਾ ਮਾਨ ਸਾਹਿਬ ਦਾ। ਤੁਸੀਂ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਣਾ ਕਿ ਸਿੱਧੂ ਮੂਸੇਵਾਲਾ ਆਪਣੇ ਗੀਤ ਰਾਹੀਂ ਸਹੀ ਕਹਿ ਰਿਹਾ ਜਾਂ ਬੱਬੂ ਮਾਨ ਸਾਹਿਬ ਇਸ ਮਾਮਲੇ ਦੇ ਵਿੱਚ ਸਹੀ ਆ। ਨੀਚੇ ਕਮੈਂਟ ਤੁਹਾਡਾ ਜ਼ਰੂਰ ਆਉਣਾ ਚਾਹੀਦਾ ਕਿ ਬਲਦੇਵ ਸਿੰਘ ਵਾਕਈ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਆ, ਜਾਂ ਲੋਕ ਬਲਦੇਵ ਸਿੰਘ ਅਤੇ ਉਸਦੇ ਪਰਿਵਾਰ 'ਤੇ ਗਲਤ ਤੁਹਮਤਾਂ ਲਾ ਰਹੇ ਆ। ਬਲਦੇਵ ਸਿੰਘ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਹ ਕਰੋਨਾ ਵਾਇਰਸ ਦੇ ਨਾਲ ਪੀੜਤ ਆ। ਨੀਚੇ ਕਮੈਂਟ ਜ਼ਰੂਰ ਕਰ ਦਿਓ ਜੇ। ਇਸ ਤੋਂ ਇਲਾਵਾ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਹੋਰ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਵੀ ਕਰੋ। ਹੋਰ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ।